چلو جی. بسم اللہ الرحمن الرحیم. سر ساڈے ملک دے 135 ਜ਼ਿਲ੍ਹੇ ਆ, 49,000 ਚੱਕਾ, 87,000 ਮੋਗੇ ਆ, 796,096 ਮੁਰੱਬਾ ਵਿੱਚ ਪਾਕਿਸਤਾਨ ਦਾ ਰਕਬਾ, 17.5 ਕਰੋੜ ਆਵਾਮ ਆ ਪਾਕਿਸਤਾਨ ਦੀ ਇਸ ਵੇਲੇ. ਪੂਰੀ ਜ਼ਮੀਨ 'ਤੇ 70 ਅਰਬ ਇਨਸਾਨ ਆ, 1 ਅਰਬ 40 ਕਰੋੜ ਮੁਸਲਮਾਨ ਆ, ਬਾਕੀ ਗੈਰ ਮੁਸਲਮਾਨ. 2,70,000 ਇਨਸਾਨ 24 ਘੰਟਿਆਂ 'ਚ ਪੈਦਾ ਹੁੰਦਾ ਪੂਰੀ ਜ਼ਮੀਨ 'ਤੇ. 1,80,000 ਮਰਦ ਆ ਪੂਰੀ ਜ਼ਮੀਨ 'ਤੇ, 2002 ਦੇ ਮਰਦਮਸ਼ੁਮਾਰੀ ਦੇ ਮੁਤਾਬਕ. ਪੂਰੀ ਜ਼ਮੀਨ ਦਾ ਰਕਬਾ 36 ਕਰੋੜ ਮੁਰੱਬਾ ਕਿਲੋਮੀਟਰ ਆ, ਸਮੁੰਦਰ ਦਾ ਰਕਬਾ 1 ਅਰਬ 37 ਕਰੋੜ ਮੁਰੱਬਾ ਕਿਲੋਮੀਟਰ ਆ, 72% ਸਮੁੰਦਰ ਆ, 28% ਜ਼ਮੀਨ ਆ. ਸਮੁੰਦਰ ਦੇ ਵਿੱਚ ਦੁਨੀਆ ਸਭ ਤੋਂ ਡੂੰਘੀ ਤਹਿ ਨੂੰ ਮਾਰੀਆਨਾ ਖੜ ਦੀ ਗਹਿਰਾਈ ਕਹਿੰਦੇ ਆ, 11,000 ਮੀਟਰ ਡੂੰਘੀ ਆ. ਦੁਨੀਆ ਦੀ ਸਭ ਤੋਂ ਉੱਚੀ ਚੋਟੀ ਹੈ ਮਾਊਂਟ ਐਵਰੈਸਟ, 8,856 ਮੀਟਰ ਉੱਚੀ ਚੋਟੀ ਆ. ਦੂਏ ਨੰਬਰ 'ਤੇ ਕੇ ਟੂ 8,200 ਮੀਟਰ ਉੱਚੀ ਚੋਟੀ ਆ. ਸੂਰਜ ਜ਼ਮੀਨ ਤੋਂ 9 ਕਰੋੜ 30 ਲੱਖ ਮੀਲ ਦੂਰ ਆ, ਚੰਦ 2,39,000 ਮੀਲ ਦੂਰ ਆ. ਸੂਰਜ ਦੀ ਰੋਸ਼ਨੀ ਜ਼ਮੀਨ 'ਤੇ ਆਉਣੇ ਨੂੰ 8 ਮਿੰਟ 20 ਸਕਿੰਟ ਲੱਗਦੇ ਆ. ਰੋਸ਼ਨੀ ਰਫ਼ਤਾਰ 2,99,000 ਕਿਲੋਮੀਟਰ 20 ਸਕਿੰਟ ਆ, 1,86,000 ਮੀਲ ਆ ਜਿਹੜੇ ਅੱਗੇ ਮੀਲ ਹੁੰਦੇ ਸੀ. ਸੂਰਜ ਦੀ ਹੀਟ 6,000 ਦਰਜਾ ਹਰਾਰਤ ਆ, 100 ਦਰਜਾ ਹਰਾਰਤ ਉਹਦਾ ਪਾਣੀ ਉੱਬਲ ਜਾਂਦਾ. ਸੂਰਜ ਦੀ ਹੀਟ 6,000 ਦਰਜਾ ਹਰਾਰਤ ਆ. ਸਾਡੇ ਮੁਲਕ ਦਾ ਜਜ਼ਬਾ ਇੰਨਾ, ਦੁਨੀਆ ਦੀ ਕੋਈ ਵੀ ਕੁਵਤ ਪਾਕਿਸਤਾਨ ਦਾ ਮੁਕਾਬਲਾ ਨਹੀਂ ਕਰ ਸਕਦੀ ਜੇ ਅਸੀਂ ਗੱਦਾਰੀ ਨਾ ਕਰੀਏ. ਸਨ 65 ਹਿੰਦੁਸਤਾਨ ਕੋਲ 600 ਟੈਂਕ ਸੀ, ਸਾਡੇ ਕੋਲ 1 ਵੀ ਹੈ ਨਹੀਂ ਸੀ ਮੁਕਾਬਲਾ ਕਰਨ ਨੂੰ. ਅਯੂਬ ਦੀ ਹਕੂਮਤ ਸੀ, ਹਿੰਦੁਸਤਾਨ ਨੇ ਸਿਆਲਕੋਟ ਦੇ ਮਹਾਜ 'ਤੇ ਟੈਂਕ ਖੜੇ ਕਰਦੇ ਨਾਲ ਲਲਕਾਰਾ ਮਾਰਿਆ, ਉਹ ਮੁਸਲਮਾਨੋ ਤਕੜੇ ਹੋ ਜਾਓ, 24 ਘੰਟੇ ਦੇ ਅੰਦਰ ਅੰਦਰ ਤੁਹਾਡੇ 'ਤੇ ਕਬਜ਼ਾ ਕਰਨਾ. ਅਯੂਬ ਕਹਿੰਦਾ ਤੁਸੀਂ ਸੱਚ ਕਹਿੰਦੇ ਹੈ, ਸਾਡੇ ਕੋਲ ਕੱਖ ਨਹੀਂ, ਪਰ ਗੱਲ ਇੱਕ, ਅਸੀਂ ਕੁਰਬਾਨੀ ਵੀ ਦੇ ਸਕਦੇ ਹਾਂ. ਅਯੂਬ ਕਹਿੰਦਾ ਮੇਰੇ ਪਿੱਛੇ ਬੰਬ ਬੰਨੋ, ਮੈਂ ਟੈਂਕਾਂ ਥੱਲੇ ਬਣਨਾ. ਸਾਡੇ ਗਾਜ਼ੀ ਕਹਿੰਦੇ ਤੁਸੀਂ ਕਿਉਂ ਬਣਾਂਗੇ, ਅਸੀਂ ਬਣਾਂਗੇ. ਹਿੰਦੁਸਤਾਨ ਨੇ ਕਿਸੇ ਪੁੱਛੇ ਦੱਸੇ ਤੋਂ ਬਗੈਰ ਹੀ ਟੈਂਕ ਚਲਾਉਣੇ ਸ਼ੁਰੂ ਕਰਦੇ. ਸਾਡੇ ਗਾਜ਼ੀ ਬੰਬ ਬਣ ਕੇ ਟੈਂਕਾਂ ਥੱਲੇ ਜਾ ਵੜੇ, ਜਾਂ 100 ਤੋਂ ਜ਼ਿਆਦਾ ਟੈਂਕ ਬਰਬਾਦ ਹੋ ਗਏ. ਇੰਡੀਆ ਪਿੱਛੇ ਨੂੰ ਭੱਜ ਪਿਆ, ਉਹਨੇ ਕਿਹਾ ਟੈਂਕ ਦਾ 600 ਹੀ ਆ, ਮੁਸਲਮਾਨ ਨੇ ਹੁਣੇ ਰਹਿ ਜਾਣਾ. ਇੰਨਾ ਜਜ਼ਬਾ ਅਸੀਂ ਕਰਦੇ ਕੀ ਹੈ ਹੇਰਾ ਫੇਰੀ. ਦੁਨੀਆ ਦਾ ਮਸ਼ਹੂਰ ਚਾਵਲ ਆ ਪਾਕਿਸਤਾਨ ਦਾ, ਜਿਹਦੇ ਵਿੱਚ ਅਸੀਂ ਫੱਕ ਪਾਈ ਜਾਂਦੇ. ਇੰਡੀਆ ਦਾ ਠੱਪਾ ਲੱਗਦਾ ਤਾਂ ਵਿਕਦਾ, ਨਹੀਂ ਤੇ ਨਹੀਂ ਵਿਕਦਾ. ਕਿੰਨੋ ਤਾਂ ਪੇਟੀਆਂ 'ਚ ਗੋਂਗਲੂ ਪਾਈ ਜਾਂਦੇ, ਮਿਰਚਾਂ ਦਾ ਆਟਾ ਪਾਈ ਜਾਂਦੇ, ਆਪਣਾ ਆਪ ਹੀ ਰਿਜ਼ਲਟ ਖਰਾਬ ਕੀਤੇ. ਅਸੀਂ ਤਾਂ ਪਿੱਛੇ ਆ, ਜਿਸ ਮੁਲਕ ਦੀ ਤਾਲੀਮ ਅੱਗੇ ਮੁਲਕ ਅੱਗੇ, ਜਿਸ ਘਰ ਦੀ ਤਾਲੀਮ ਅੱਗੇ ਘਰ ਅੱਗੇ ਆ. 1 ਸਾਲ ਤੋਂ ਲੱਗ ਕੇ 10 ਸਾਲ ਤੱਕ ਬੱਚੇ ਨੂੰ ਰੂਪ ਨਾ ਆਵੇ, ਉਹ ਕਹਿ ਦੇਵੇ ਮੈਨੂੰ ਰੂਪ ਆਉਣਾ ਹੀ ਨਹੀਂ. ਜਿਹਨੂੰ 10 ਸਾਲ ਤੋਂ ਲੱਗ ਕੇ 20 ਸਾਲ ਤੱਕ ਜਵਾਨੀ ਨਾ ਆਈ, ਕਹਿ ਦੇਵੇ ਮੈਨੂੰ ਜਵਾਨੀ ਆਉਣੀ ਨਹੀਂ. ਜਿਹਨੂੰ 20 ਸਾਲ ਤੋਂ ਲੱਗ ਕੇ 30 ਸਾਲ ਤੱਕ ਅਕਲ ਨਾ ਆਈ, ਕਹਿ ਦੇਵੇ ਮੈਨੂੰ ਅਕਲ ਆਉਣੀ ਨਹੀਂ. ਜਿਹਨੂੰ 30 ਸਾਲ ਤੋਂ ਲੱਗ ਕੇ 50 ਸਾਲ ਤੱਕ ਦੌਲਤ ਨਾ ਆਈ, ਉਹ ਕਹਿ ਦੇਵੇ ਮੈਨੂੰ ਦੌਲਤ ਆਉਣੀ ਨਹੀਂ. ਦੁਨੀਆ ਦਾ ਖੂਬਸੂਰਤ ਸ਼ਹਿਰ ਪੈਰਿਸ ਆ ਫਰਾਂਸ ਦਾ, ਹਸੀਨ ਤਰੀਨ ਸ਼ਹਿਰ ਕਾਹਿਰਾ ਮਿਸਰ ਦਾ, ਜਿੱਥੇ ਦੁਨੀਆ ਬਹੁਤ ਹੀ ਹਸੀਨ ਤਰੀਨ ਆ. ਮਸਜਿਦਾਂ ਸ਼ਹਿਰ ਹੈ ਇਸਤੰਬੁਲ ਤੁਰਕੀ ਦਾ, ਇਮਾਰਤਾਂ ਦਾ ਸ਼ਹਿਰ ਹੈ ਨਿਊਯਾਰਕ ਅਮਰੀਕਾ ਦਾ, ਬਜ਼ੁਰਗਾਂ ਦਾ ਸ਼ਹਿਰ ਹੈ ਪਾਕਿਸਤਾਨ ਮੁਲਤਾਨ. ਸਰ ਪਹਿਲੇ ਅੰਗਰੇਜ਼ਾਂ ਨੇ ਮੀਨਾਰ ਬਣਾਇਆ ਸੀ 900 ਫੁੱਟ ਉੱਚਾ, ਉਸ ਤੋਂ ਬਾਅਦ ਅਮਰੀਕਾ ਨੇ ਪੈਰਿਸ ਸਟੇਟ ਬਿਲਡਿੰਗ ਬਣਾ ਦਿੱਤੀ 102 ਮੰਜ਼ਿਲਾਂ 1200 ਫੁੱਟ ਉੱਚੀ. ਉਹਨੇ ਕਿਹਾ ਇਹ ਤੋਂ ਉੱਤੇ ਨਹੀਂ ਕੋਈ ਬਣਾ ਸਕਦਾ. ਫਿਰ ਉਸ ਤੋਂ ਉੱਤੇ ਮਲੇਸ਼ੀਆ ਨੇ 451 ਮੀਟਰ ਉੱਚੀ ਬਿਲਡਿੰਗ ਬਣਾ ਦਿੱਤੀ, ਤਕਰੀਬਨ 1400 ਫੁੱਟ. ਇਸ ਵੇਲੇ ਦੁਬਈ ਦੇ ਵਿੱਚ ਆ 530 ਮੀਟਰ ਉੱਚੀ ਬਿਲਡਿੰਗ, ਦੁਨੀਆ ਦੀ ਸਭ ਤੋਂ ਉੱਚੀ ਬਿਲਡਿੰਗ. ਚੀਨ ਦੀ ਇੱਕ ਦੀਵਾਰ ਆ ਜਿਹੜੀ ਖਲਾ ਦੇ ਵਿੱਚ ਦਿਖਦੀ ਆ, ਹੋਰ ਦੁਨੀਆ ਦੀ ਕੋਈ ਚੀਜ਼ ਨਹੀਂ ਖਲਾ ਦੇ ਵਿੱਚ ਦਿਖਦੀ, ਉਹਨੂੰ ਦੀਵਾਰ ਚੀਨ ਕਹਿੰਦੇ ਆ. ਜ਼ਮੀਨ 'ਤੇ 7 ਬੱਲੇ ਆਦਮ ਆ, 10 ਬਹਿਰੇ ਆ. ਅਸੀਂ ਬੱਲੇ ਆਦਮ ਏਸ਼ੀਆ ਦੇ ਵਿੱਚ ਰਹਿੰਦੇ ਹਾਂ, ਏਸ਼ੀਆ ਦੁਨੀਆ ਦਾ ਨਿਸਬ ਹਿੱਸਾ, ਇਹ ਤੋਂ ਛੋਟਾ ਬੱਲੇ ਆਦਮ ਅੰਟਾਰਟਿਕਾ ਜੇ ਜੀ ਪੂਰੇ ਜੀ ਬਰਫ਼ ਜੰਮੀ ਆ. ਖਾਨ ਖਾਸ ਦਾ ਜ਼ਮੀਨ ਦਾ ਦਰਜਾ ਹਰਾਰਤ ਵੱਜ ਵੇ, ਜਿਹੜੇ ਸਮੁੰਦਰ ਦੇ ਨਜ਼ਦੀਕ ਸ਼ਹਿਰ ਆ ਸਾਰੇ ਗਰਕ ਹੋ ਜਾਣਗੇ. ਉਸ ਤੋਂ ਛੋਟਾ ਬੱਲੇ ਆਦਮ ਯੂਰਪ ਆ, ਉਹ ਤੋਂ ਛੋਟਾ ਬੱਲੇ ਆਦਮ ਅਫਰੀਕਾ, ਉਹ ਤੋਂ ਛੋਟਾ ਬੱਲੇ ਆਦਮ ਆਸਟ੍ਰੇਲੀਆ, ਉਹ ਤੋਂ ਛੋਟਾ ਬੱਲੇ ਆਦਮ ਜਨੂਬੀ ਅਮਰੀਕਾ,
ਬਰੇ ਆਜ਼ਮ ਸ਼ਮਾਲੀ ਅਮਰੀਕਾ ਜ਼ਮੀਨ ਤੇ ਇਹੋ ਜਿਹੀ ਵੀ ਜਗ੍ਹਾ ਜਿੱਥੇ 6 ਮਹੀਨੇ ਦਿਨ ਆ 6 ਮਹੀਨੇ ਰਾਤ ਆ, ਇਹੋ ਜਿਹੀ ਵੀ ਜਗ੍ਹਾ ਜਿੱਥੇ ਦਿਨੇ ਦਿਨ ਆ, ਇਹੋ ਜਿਹੀ ਵੀ ਜਗ੍ਹਾ ਜਿੱਥੇ ਰਾਤ ਹੀ ਰਾਤ ਆ। ਉਹਦਾ ਨਾਂ ਹੈਗਾ ਖਤੇ ਜੱਦੀ, ਖਤੇ ਸੁਲਤਾਨ, ਖਤੇ ਇਸਤਬਾ, ਬਰੇ ਆਜ਼ਮ ਅਫਰੀਕਾ ਜੀ। ਸ਼ਿਵਾਵਾਂ ਲੰਘਦੀਆਂ ਜ਼ਮੀਨ ਤੇ 10 ਬਿਹਰੇ ਵੀ ਆ। ਪਹਿਲੇ ਬਿਹਰੇ ਦਾ ਨਾਂ ਹੈਗਾ ਬਹਿਰੁਲ ਕਾਹਿਲ, ਜਿੱਥੋਂ ਸਮੁੰਦਰ ਚੱਲਦਾ। ਉਹਦੇ ਨਾਲ ਹੀ ਆ ਰੂਸ ਦਾ ਹਿੱਸਾ, ਉਹਨੂੰ ਕਹਿੰਦਾ ਬਿਹਰਾ ਅਸਵਤ। ਦੁਨੀਆ ਦਾ ਜਦੀਦ ਤਰੀਨ ਬਹਿਰੀ ਬੇੜਾ ਖੜਾ, ਅਮੈਰੀਕਾ ਕੋ ਵੀ ਉਹਦੇ ਮੁਕਾਬਲੇ ਚ ਨਹੀਂ ਬਣ ਸਕਿਆ। ਉਹਦੇ ਨਾਲ ਹੀ ਆ ਬਿਹਰਾ ਹਿੰਦ, ਅਸੀਂ ਬਿਹਰਾ ਹਿੰਦ ਦੇ ਵਿੱਚ ਆ। ਸਾਡੇ ਤੋਂ ਅੱਗੇ ਬਿਹਰਾ ਅਰਬ, ਉਹ ਤੋਂ ਅੱਗੇ ਬਿਹਰਾ ਅਹਿਮਰ, ਉਹ ਤੋਂ ਅੱਗੇ ਬਿਹਰਾ ਤਰਪਾਲਕਰ, ਉਹ ਤੋਂ ਅੱਗੇ ਬਿਹਰਾ ਰੂਮ, ਉਹ ਤੋਂ ਅੱਗੇ ਬਿਹਰਾ ਮੁੰਜ ਮਿਧ ਸ਼ਮਾਲੀ, ਬਿਹਰਾ ਮੁੰਜ ਮਿਧ ਜਨੂਬੀ। ਜ਼ਮੀਨ ਤੇ ਸਮੁੰਦਰ ਦੇ 10 ਹਿੱਸੇ ਆ। ਸਰ ਸਾਡੇ ਮੁਲਕ ਦੇ ਵਿੱਚ 1.5% ਲੋਕ ਆ ਜਿਹਨਾਂ ਕੋਲ ਪੈਸਾ, ਅਰਬਾਂ ਰੁਪਈਆ ਕੋਈ ਘੰਟ ਚ ਹਰ ਚੀਜ਼ ਜ਼ਬਤ ਕਰ ਸਕਦੇ ਆ। 8.5% ਲੋਕ ਖੁਸ਼ਹਾਲੀ ਨਾਲ ਆਪਣਾ ਅਖਰਾਜਾਤ ਪੂਰਾ ਕਰ ਸਕਦੇ ਆ। 90% ਲੋਕ ਗਰੀਬ ਆ, ਉਹਦੇ ਵਿੱਚੋਂ 40% ਲੋਕ ਨੱਠ ਭੱਜ ਕੇ ਕਿਤੇ ਖਾਦ ਖਿੱਚ ਲਈ, ਕਿਤੇ ਸਪਰੇਅ ਖਿੱਚ ਲਈ, ਧਾਰੀ ਸਰਦਾਰੀ ਲੈ ਕੇ ਪਾਉਣੇ ਵਾਲੇ। 50% ਲੋਕ ਨੱਠ ਭੱਜ ਕੇ ਵੀ ਨਹੀਂ ਲੈ ਸਕਦੇ। ਇਸ ਵਜ੍ਹਾ ਨਾਲ ਸਾਡੇ ਮੁਲਕ ਦੀ ਔਸਤ ਕੰਮ ਆ, ਨਹਿਰੀ ਨਿਜ਼ਾਮ ਪੂਰੀ ਦੁਨੀਆਂ 'ਚ ਅੱਛਾ, ਉਹਦੇ ਬਾਵਜੂਦ ਖਾਲੀ ਡੈਮ ਹੈ ਨਹੀਂ। ਜਦੋਂ ਬਾਰਿਸ਼ਾਂ ਪੈਂਦੀਆਂ 26ਵੇਂ ਦਿਨ ਜਾ ਕੇ ਬਿਹਰਾ ਅਰਬ ਦੇ ਵਿੱਚ ਪਾਣੀ ਡਿੱਗਦਾ, 1800 ਕਿਲੋਮੀਟਰ ਫਾਸਲਾ ਕਰਕੇ ਜਾ ਕੇ ਸਮੁੰਦਰ 'ਚ ਪਾਣੀ ਡਿੱਗ ਜਾਂਦਾ। ਸਾਡੇ ਮੁਲਕ ਦੇ ਵਿੱਚ ਛੋਟੇ ਵੱਡੇ 18 ਡੈਮ ਆ, ਹਿੰਦੁਸਤਾਨ ਦੇ ਵਿੱਚ 4000 ਡੈਮ ਆ, ਅਮੈਰੀਕਾ 'ਚ 8100 ਡੈਮ ਆ, ਚਾਈਨਾ 'ਚ 19000 ਡੈਮ ਆ। ਸਰ ਸਾਡੇ ਮੁਲਕ ਦੇ ਵਿੱਚ ਚਾਈਨਾ ਨੇ ਜਿੱਥੋਂ ਪਾਣੀ ਆਉਂਦਾ ਉੱਥੇ ਕਾਬੂ ਕੀਤਾ ਆ। ਸਾਡਾ ਪਾਣੀ ਸਾਰਾ ਸਮੁੰਦਰ ਦੇ ਵਿੱਚ ਜਾ ਰਿਹਾ, ਜਿਹਦਾ ਕੋਈ ਕਾਬੂ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਸਰ ਇੱਕ ਮਿੰਟ ਬੰਦ ਕਰਿਓ, ਇਹ ਮਰਜ਼ੀ ਸੁਣਿਓ।